ਭੈਣ ਨੇ ਗਰਮ ਗਰਮ ਬਣਾ ਕੇ ਅਤੇ ਸਪੈਸ਼ਲ ਭੇਜੇ ਆ ਅਤੇ ਮੇਲੇ ਵਾਸਤੇ ਕੁੜਤੇ ਪਜਾਮੇ ਬੰਨੇ। ਮੇਲਾ ਆ ਗਿਆ ਨਾ, 5-6-7 ਤਰੀਕ ਦਾ ਮੇਲਾ ਵਾ। ਆ ਕੀ ਆ? ਅੱਛਾ, ਆ ਵੀ ਕੁੜਤਾ ਜਾਂਦਾ। ਦੇ ਨਾਲ ਹੀ ਪੰਛੀ ਜਿਹੜੇ ਉਹ ਵੀ ਆਪਣੇ ਆਲੇ ਆਪਣੇ ਆਲਣੇ ਨਾ ਜਿਹੜੇ ਉਹ ਵੀ ਛੱਡ ਦਿੰਦੇ ਆ। ਹਾਂਜੀ ਖਾਲਸਾ ਜੀ, ਹੁਣੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ। ਅਜੀਤ ਕਾਜੀ ਕੋਰਟ ਚੈਨਲ ਤੁਹਾਡਾ ਆਪਣਾ ਚੈਨਲ, ਆਓ ਵਲੌਗ ਦਾ ਇੰਜੋਇਮੈਂਟ ਕਰੋ ਵਲੌਗ ਨੂੰ। ਅੱਜ ਆਪਾਂ ਜਾਵਾਂਗੇ ਗੁਰਦੁਆਰਾ ਲਕੀਰ ਸਾਹਿਬ ਤਰਨ ਤਾਰਨ ਦੇ ਵਿੱਚ, ਇਤਿਹਾਸਕ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਲਕੀਰ ਸਾਹਿਬ ਬਾਬਾ ਦੀਪ ਸਿੰਘ ਜੀ ਦਾ। ਅੱਜ ਉੱਥੇ ਆਪਾਂ ਜਾਣਾ ਵਾ, ਮੇਨ ਡੇਲੀ ਤੁਹਾਨੂੰ ਇਹਦਾ ਕੰਟੈਂਟ ਚਾਹੀਦਾ ਵਾ। ਅਤੇ ਸਵੇਰੇ ਮੈਂ ਕਲਿੱਪਾਂ ਸ਼ੂਟ ਨਹੀਂ ਕੀਤੀਆਂ, ਸਵੇਰੇ ਮੈਂ ਠੀਕ ਨਹੀਂ ਹੈਗਾ ਹਾਂ, ਸਿਹਤ ਬੜੀ ਖਰਾਬ ਸੀਗੀ। ਅਤੇ ਮੈਂ ਫਿਰ ਸਹਿਜੇ ਸਹਿਜੇ ਹੌਲੀ ਹੌਲੀ ਮੈਂ ਪਹਿਲਾਂ ਕੜਾਹ ਪ੍ਰਸ਼ਾਦੀ ਦੇਗ ਤਿਆਰ ਕੀਤੀ, ਦਰਬਾਰ ਖੋਲ੍ਹਿਆ, ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ, ਬਾਣੀ ਪੜ੍ਹੀ। ਅੱਜ ਐਤਵਾਰ ਦਾ ਦਿਨ ਸੀਗਾ ਅਤੇ ਬਾਣੀ ਪੜ੍ਹੀ ਅਤੇ ਭੋਗ ਪਾਇਆ। ਹੁਣ ਬੂਹੇ ਮਾਰੇ ਆ, ਪ੍ਰਸ਼ਾਦਾ ਆਉਂਦਾ ਵਾ, ਬਾਬਾ ਟੌਹਰੀ ਪ੍ਰਸ਼ਾਦਾ ਲੈ ਕੇ ਆਉਂਦਾ ਵਾ, ਤਾਇਆ ਜੀ ਪ੍ਰਸ਼ਾਦਾ ਲਿਆ ਕੇ, ਅਤੇ ਬਾਅਦ 'ਚ ਤਿਆਰ ਹੁੰਦੇ ਹਾਂ। ਪਰਨਾ ਆਪਾਂ ਪਿਛਲੇ ਵਲੌਗ ਵਾਲਾ ਹੀ ਬੰਨਿਆ ਵਾ, ਸ਼ਰਧਾ ਹੀ ਪਰਨਾ ਵਾ, ਅਤੇ ਕੁੜਤਾ ਪਜਾਮਾ ਪਾਇਆ ਸੀਗਾ ਪਹਿਲੇ ਵਲੌਗ 'ਚ। ਇੱਥੇ ਆਪਾਂ ਚੋਲੇ ਦੇ ਨਾਲ ਹੀ ਜਾਣਾ ਵਾ ਗੁਰਦੁਆਰਾ ਸਾਹਿਬ, ਅਤੇ ਮਿਲਿਓ, ਆਓ ਅੱਗੇ ਮਿਲਦੇ ਹਾਂ। ਅਤੇ ਵੈਲਕਮ ਟੂ ਗਾਈਸ ਮਾਈ ਨਿਊ ਵਲੌਗ, ਆਈ ਹੋਪ ਤੁਸੀਂ ਠੀਕ ਹੋਵੋਗੇ। ਛੋਟੇ ਛੋਟੇ ਪਚੰਗ ਲੈ ਗਏ ਆ ਪ੍ਰਸ਼ਾਦਾ। ਨਾਂ ਦੱਸੋ ਬਹੁਤ ਆਪਣਾ, ਕੀ ਨਾਂ ਵਾ? ਕੀ ਨਾਂ ਵਾ? ਹਾਂ, ਤੇਰਾ ਨਾਂ? ਅਭਿਜੋਤ। ਗੱਜ ਕੇ ਬੋਲ ਕੀ? ਹਾਂ, ਅਜੇ ਤਾਇਆ ਜੀ ਕਿੱਥੇ ਗਏ? ਤਾਇਆ ਜੀ ਸ਼ਹਿਰ ਗਏ, ਅਜੇ ਸ਼ਹਿਰ ਗਏ ਤਾਇਆ ਜੀ। ਅਤੇ ਪ੍ਰਸ਼ਾਦੇ ਭੈਣ ਨੇ ਗਰਮ ਗਰਮ ਬਣਾ ਕੇ ਅਤੇ ਸਪੈਸ਼ਲ ਭੇਜੇ ਆ, ਅਤੇ ਜਾ ਕੇ ਘਰ ਪਤਾ ਕੀ ਕਹਿਣਾ ਵਾ? ਕਹਿਣਾ ਕਿ ਬਾਬਾ ਜੀ ਦੇ ਥੈਂਕ ਯੂ, ਧੰਨਵਾਦ। ਪੱਕਾ ਕਹੋਗੇ? ਤੂੰ ਕਵੇਂਗਾ ਪੁੱਤ? ਚੱਲ ਠੀਕ ਆ, ਫਿਰ ਮੈਂ ਆਹ ਲੈ ਹੀ ਜਾਓ, ਮੈਂ ਇਹ ਕਾਪੀ 'ਤੇ ਰੱਖ ਲੈਣੇ, ਕਾਪੀ ਦੇ ਸੂਈ ਵਾਲੇ ਪੇਜ ਪਾੜ ਲੈਣਾ ਮੈਂ, ਇਹਦੇ 'ਤੇ ਮੈਂ ਪ੍ਰਸ਼ਾਦ ਰੱਖ ਲੈਣਾ। ਆਹ ਕੱਢੀ ਸੂਈ ਵਾਲਾ ਪੇਜ, ਸੂਈ ਵਾਲਾ ਪੇਜ ਕੱਢ ਲਓ। ਇਹ ਕਿੱਥੇ ਗਿਆ ਸੂਈ ਵਾਲਾ ਪੇਜ? ਤਾਂ ਲੱਭ ਇਹੋ ਹੀ ਆ, ਨਹੀਂ ਲੱਭਾ, ਲੱਭ ਭਾਂਡੇ ਵਾਪਸ ਘੱਲ ਦੇਈਦੇ ਆ ਨਾ, ਬਾਅਦ 'ਚ ਭਾਂਡੇ ਰਲ ਜਾਂਦੇ ਆ। ਇਹੋ ਹੀ ਮੇਰੇ ਖਿਆਲ ਨਾਲ, ਇਹੋ ਹੀ ਆ ਆਪ ਕੱਢ ਲੈ ਇਹਨੂੰ, ਇਹਨੂੰ ਪੁੱਟ ਲਾ। ਓਏ ਚੱਜ ਨਾ ਪਾਰ ਪੁੱਤ, ਕੀ ਕਰਨ ਦਿਆ ਵਾ? ਆ ਵੀ ਕੱਢ ਦੇ ਵਿੱਚੋਂ। ਆ ਲਓ, ਆ ਲੈ ਜਾਓ, ਅਤੇ ਮੇਰੇ ਨੂੰ ਥੈਂਕ ਯੂ ਕਹਿਣਾ ਜਾ ਕੇ, ਠੀਕ ਆ? ਪੱਕਾ ਜੇ? ਅਤੇ ਲਓ ਮਿੱਤਰੋ, ਹੁਣ ਪ੍ਰਸ਼ਾਦਾ ਛਕਦੇ ਹਾਂ, ਪ੍ਰਸ਼ਾਦਾ ਛਕ ਕੇ, ਅਤੇ ਪ੍ਰਸ਼ਾਦਾ ਆਪਾਂ ਆ ਗਿਆ, ਪ੍ਰਸ਼ਾਦਾ ਆਪਣਾ ਪ੍ਰਸ਼ਾਦਾ ਛਕ ਲਈਏ,
ਉਹ ਤੋਂ ਬਾਅਦ ਤਿਆਰੀ ਕਰਦੇ ਹਾਂ ਗੁਰਦੁਆਰਾ ਲਕੀਰ ਸਾਹਿਬ ਨੂੰ ਅਤੇ ਬਣੇ ਰਹੋ ਬਲੌਗ ਦੇ ਵਿੱਚ, ਠੀਕ ਹੈ ਜੀ। ਸਰ ਜੀ, ਗੋਪੀ ਭਾਅ ਜੀ ਆ ਗਏ ਸੀਗੇ ਅਤੇ ਮੇਲੇ ਵਾਸਤੇ ਕੁੜਤੇ ਪਜਾਮੇ ਬੰਨੇ। ਮੇਲਾ ਆ ਗਿਆ ਨਾ, 5-6-7 ਤਰੀਕ ਦਾ ਮੇਲਾ ਵਾ ਬਾਬਾ ਬੁੱਢਾ ਸਾਹਿਬ ਜੀ ਦਾ, ਅਤੇ ਉੱਥੇ ਚੱਲੇ ਹਾਂ ਆਪਣਾ ਕੁੜਤੇ ਪਜਾਮੇ ਮੇਲੇ ਦੇ ਸੰਬੰਧ ਵਿੱਚ। ਇਹਦੇ 'ਚ ਕੁੜਤੇ ਪਜਾਮੇ ਆ ਉਹ ਮੈਂ ਅਤੇ ਗੋਪੀ ਭਾਅ ਜੀ ਬੰਨੇ ਦੇਣ ਚੱਲੇ ਹਾਂ ਪਿੰਡ ਕੈਰੋਂਵਾਲ, ਠੀਕ ਆ। ਕੈਰੋਂਵਾਲ ਚੱਲੇ ਹਾਂ ਕੁੜਤੇ ਪਜਾਮੇ ਦੇਣ। ਆਓ ਪਿੰਡ ਕੈਰੋਂਵਾਲ ਦਾ ਮਾਹੌਲ ਚੱਲ ਵਿਖਾਈਏ ਤੁਹਾਨੂੰ। ਗੁਰਦੁਆਰੇ ਦੀ ਗਲੀ ਜੇ ਮੇਨ, ਇਸੇ ਗਲੀ ਦੇ ਵਿੱਚ ਗੁਰਦੁਆਰਾ ਸਾਹਿਬ ਆ। ਅਤੇ ਉਹ ਵੀਰ ਦੀ ਕਿੰਨੀ ਮਿਹਨਤ, ਸਵੇਰੇ ਆ ਜਾਂਦਾ, ਸੁਬਹਾ ਸੁਬਹਾ ਤੜਕੇ ਤੜਕੇ ਆ ਜਾਂਦਾ ਵਾ, ਦੁਪਹਿਰੇ ਵੀ ਲੱਗਾ ਰਹਿੰਦਾ ਕੈਰੋਂਵਾਲ ਲਾਗੇ ਲਾਗੇ ਸਾਰੇ ਪਿੰਡਾਂ 'ਚ। ਕਿੱਡੀ ਮਿਹਨਤ ਆ ਬੰਦੇ ਦੀ ਸਾਈਕਲ 'ਤੇ। ਅਤੇ ਇੱਧਰ ਆਉਂਦੇ ਹਾਂ ਭਾਅ ਜੀ ਅਤੇ ਭਾਅ ਜੀ ਨੂੰ ਮਿਲਦੇ ਹਾਂ ਯਾਰ, ਠੀਕ ਆ। ਘਰ ਹੀ ਆ ਉਹ ਭਾਅ ਜੀ ਹੁਣੀ, ਘਰ ਹੀ ਆ। ਆਉਂਦੇ ਸੀਗੇ ਕਿ ਘਰੋਂ ਆਏ ਮਾਰ ਲਈ ਮੈਨੂੰ, ਮੈਂ ਠੀਕ ਆ, ਮੈਂ ਤੁਹਾਨੂੰ ਘਰੋਂ ਆਏ ਮਾਰ ਲੂੰਗਾ। ਆਹ ਪਿੰਡ ਦਾ ਸਕੂਲ ਜੇ, ਸਾਡਾ ਸਕੂਲ ਜੇ ਪਿੰਡ ਦਾ, ਸਰਕਾਰੀ ਐਲੀਮੈਂਟਰੀ ਸਕੂਲ। ਉਹ ਸੁਣਾਓ ਬਾਕੀ, ਤੇ ਇਹਦੇ ਵਿੱਚ ਆਪਣੇ ਕੁੜਤੇ ਜਾਂਦੇ ਆ ਸਾਰੇ ਪਿੰਡ ਕੈਰੋਂਵਾਲ ਜ਼ਿਲ੍ਹੇ ਦੇ। ਪਹੁੰਚ ਗਏ ਜੇ ਪਿੰਡ ਕੈਰੋਂਵਾਲ, ਪਹੁੰਚ ਗਏ ਜੇ ਸ਼ੋਪ 'ਤੇ। ਇਹ ਵੀਰ ਹੋਣਾ ਤਾਂ ਸੋਹਣੇ ਆ ਕੁੜਤੇ ਪਜਾਮੇ, ਇਹਦੇ 'ਚ ਕੁੜਤੇ ਪਜਾਮੇ ਆ ਸਾਰੇ ਆਪਣੇ ਹੈਗੇ ਘਰੇ ਹੈ ਭਾਅ ਜੀ। ਆ ਕੀ ਆ, ਅੱਛਾ ਆ ਵੀ ਕੁੜਤਾ ਪਜਾਮੇ, ਆ ਵੀ ਕੁੜਤਾ ਪਜਾਮੇ ਹੀ ਆ, ਗ੍ਰੇ ਹੈ ਕੁੜਤਾ ਪਜਾਮਾ, ਇਹ ਵੀ ਕੁੜਤਾ ਪਜਾਮਾ ਜੀ, ਆ ਵੀ ਕੁੜਤਾ ਪਜਾਮਾ ਹੀ ਜੀ। ਬਸ ਇੱਧਰ ਵੇਖੋ, ਕੁੜਤੇ ਪਜਾਮੇ ਬੜੇ ਸਾਂਭੇ ਪਏ, ਮੈਂ ਇੱਥੇ ਇਕੱਠੇ ਕਰੀ ਗਿਆ ਸਾਰੇ ਜਿੰਨੇ ਵੀ ਹੋਏ ਨਾ। ਆਹ ਕੀ, ਇਹ ਵੀ ਕੁੜਤੇ ਪਜਾਮਾ, ਅੱਛਾ। ਅਤੇ ਫਾਈਨਲੀ ਕੁੜਤੇ ਪਜਾਮੇ ਬਣਾਉਣ ਆ ਗਏ ਹਾਂ ਸ਼ੋਪ 'ਤੇ, ਪਿੰਡ ਕੈਰੋਂਵਾਲ ਪਹੁੰਚੇ ਅਸੀਂ ਪਿੰਡ ਕੈਰੋਂਵਾਲ। ਕਿੱਦਾਂ, ਮੈਂ ਕਿਹਾ ਆ ਜਾਓ ਹੁਣ, ਆਹੋ
ਅੱਗੇ ਤੌਰ ਦੇ ਕੀ ਹੋਰ ਨਾ ਚੱਲ ਜਾ ਜ਼ਿਆਦਾ ਖੁੱਲਣਾ ਸਾਲੀ ਵਾਰੀ ਝੋਲੇ ਚ ਪੰਪੂ ਨਾ ਲੱਗੇ ਕਾਜੀ ਗੁੜ ਜਾਂਦੇ ਆ ਸਾਨੂੰ ਕੋਈ ਗੱਲ ਨਹੀਂ ਆ 600 ਜੂਨ ਤੇ ਮਾਰ ਜਾ ਤੇਲ ਪਾਉਣ ਆਏ ਹਾਂ ਅਤੇ ਤੇਲ ਪਿਆ ਨਹੀਂ ਪੈਟਰੋਲ ਪੰਪ 'ਚ ਤੇਲ ਮੁੱਕਾ ਵਾ ਅਸੀਂ ਫਿਰ ਬੇਇੱਜ਼ਤੀ ਲਾ ਕੇ ਗਾਹਾਂ ਗਏ ਉਹਨਾਂ ਦੀ ਘਰ ਨੂੰ ਜਾਣ ਡਿਆ ਹੁਣ ਭਾਅ ਜੀ ਮੈਨੂੰ ਸਾਰੇ ਜਦੋਂ ਤੇਲ ਚੜ੍ਹਦਾ ਸਾਰੇ ਕੰਮਾਂ ਕਾਰਾਂ 'ਤੇ ਲੱਗ ਪੈਂਦੇ ਆਪੋ ਆਪਣੇ ਕੰਮਾਂ ਕਾਰਾਂ 'ਤੇ ਦੇ ਨਾਲ ਹੀ ਪੰਛੀ ਜਿਹੜੇ ਉਹ ਵੀ ਆਪਣੇ ਆਲੇ ਆਪਣੇ ਆਲਣੇ ਨਾ ਜਿਹੜੇ ਉਹ ਵੀ ਛੱਡ ਦਿੰਦੇ ਆ ਸ਼ਾਮ ਨੂੰ ਉਹ ਆਪਣੇ ਆਲਣੇ 'ਚ ਵਾਪਸ ਆਉਂਦੇ ਇਸੇ ਤਰ੍ਹਾਂ ਇਨਸਾਨ ਆ ਇਹਨੇ ਵੀ ਕੰਮ ਕਾਰ ਵਾਸਤੇ ਆਪਣੇ ਰੋਜ਼ੀ ਰੋਟੀ ਵਾਸਤੇ ਇਹਨੂੰ ਘਰੋਂ ਨਿਕਲਣਾ ਪੈਂਦਾ ਸ਼ਾਮ ਨੂੰ ਆਪਣੇ ਘਰ ਵਾਪਸ ਬਸ ਆਹ ਚੀਜ਼ ਆ ਜੀ ਇੰਨੀ ਕੁ ਮਿਹਨਤ ਉਹਨਾਂ ਨੂੰ ਵੀ ਕਰਨੀ ਪੈਂਦੀ ਆ ਯੋਗਾ ਉਹਨਾਂ ਨੂੰ ਵੀ ਬੱਚਿਆਂ ਨੂੰ ਲਿਆ ਕੇ ਦੇਣਾ ਪੈਂਦਾ ਵਾ ਸੇਮ ਇੱਦਾਂ ਹੀ ਲਾਈਫ ਦੀ ਕੀ ਕਹਿੰਦੇ ਹੁੰਦੇ ਆ ਸੇਮ ਇੱਦਾਂ ਲਾਈਫ ਆ ਪਰ ਇੰਨਾ ਕਿ ਆਪਾਂ ਥੋੜ੍ਹਾ ਜਿਹਾ ਭਾਅ ਜੀ ਆਮ ਹੀ ਇਹਨਾਂ ਨੂੰ ਆਮ ਹੀ ਜੋ ਕੋਈ ਨਿੱਕੀ ਮੋਟੀ ਗੱਲ ਹੁੰਦੀ ਦੁੱਖ ਦਾ ਖਾ ਜਾਂਦਾ ਅਤੇ ਆਪਾਂ ਕਹਿ ਦਿੰਦੇ ਯਾਰ ਆਹ ਕੀ ਹੋ ਗਿਆ ਯਾਰ ਮੈਂ ਕੀ ਕਰੂੰਗਾ ਐਵੇਂ ਡਰਨਾ ਨਹੀਂ ਚਾਹੀਦਾ ਡਰਨਾ ਨਹੀਂ ਚਾਹੀਦਾ ਜ਼ਿੰਦਗੀ ਦਾ ਡਟ ਕੇ ਮੁਕਾਬਲਾ ਹਾਂ ਡਟ ਕੇ ਮੁਕਾਬਲਾ ਯਾਰ ਕਿ ਜ਼ਿੰਦਗੀ ਨੂੰ ਖੂੰਜੇ ਲਾਓ ਜ਼ਿੰਦਗੀ ਦਾ ਤੁਸੀਂ ਨਾ ਖੂੰਜੇ ਲੱਗੋ ਠੀਕ ਆ ਇੰਜੋਇਮੈਂਟ ਕਰੋ ਜ਼ਿੰਦਗੀ ਦਾ ਆਨੰਦ ਲਿਆ ਕਰੋ ਕਿਸੇ ਨਾਲ ਮਾੜਾ ਨਾ ਕਰੋ ਚੰਗਾ ਨਾ ਕਰੋ ਆਪਣੇ ਆਨੰਦ ਲਓ ਜ਼ਿੰਦਗੀ 'ਚ ਜੋ ਮਰਜ਼ੀ ਕਰੋ ਬਸ ਬਸ ਕਿਸੇ ਦਾ ਮਾੜਾ ਨਾ ਕਰੋ ਕਿ ਨਹੀਂ ਆ ਸੰਗਤਾਂ ਆਉਂਦੀਆਂ ਕਾਜੀਕੋਟ ਦੀਆਂ ਆ ਗਏ ਹਾਂ ਪਿੰਡ ਪਿੰਡ ਆ ਗਏ ਹਾਂ ਪਿੰਡ ਕੁੜਤੇ ਪੇ ਮੈਂ ਦੇ ਆਏ ਹਾਂ ਬੰਨੇ ਆਹ ਗਲੀ 'ਚ ਗੁਰਦੁਆਰਾ ਸਾਹਿਬ ਆਪਣਾ ਮੋਟੋ ਕੀ ਹਾਲ ਹੀ ਮੋਟੋ ਓਕੇ ਥੈਂਕ ਯੂ ਭਾਅ ਜੀ ਬਹੁਤ ਬਹੁਤ ਜ਼ਿਆਦਾ ਮੈਨੂੰ ਇਹ ਦੱਸੋ ਕਿ ਦੁੱਧ ਪੀਣਾ ਜੇ ਚਾਹ ਪੀਣੀ ਜੇ ਕੀ ਛਕਣਾ ਜੇ ਦੁੱਧ ਚਾਹ ਪਾਣੀ ਰਾਤ ਕਰੋ ਜਿਹੜਾ ਲੈਣਾ ਜ਼ਿਆਦਾ ਚਲੋ ਠੀਕ ਹੈ ਕਰ ਲਓ ਓਕੇ ਭਾਅ ਜੀ ਓਕੇ ਆ ਗਏ ਹਾਂ ਘਰੇ ਅਤੇ ਜਾਂਦੇ ਹਾਂ ਥੋੜ੍ਹੇ ਟਾਈਮ ਤੱਕ
ਅਜੇ ਦੁਪਹਿਰੇ ਜੇ ਚੱਲਦੇ ਹਾਂ, ਅਜੇ ਰਾਤ ਮੈਨੂੰ ਨੀਂਦ ਨਹੀਂ ਆਈ, ਸੁੱਤਾ ਨਹੀਂ ਹਾਂ ਮੈਂ, ਸਾਰੀ ਰਾਤ ਹੀ ਸੁੱਤਾ ਨਹੀਂ ਹਾਂ, ਅਤੇ 2:30 ਵਜੇ ਜਾ ਕੇ ਨੀਂਦ ਆਈ। ਉਹ ਤੋਂ ਬਾਅਦ 'ਚ ਫਿਰ ਮੈਂ 2:30 ਵਜੇ 3 ਵਜ ਗਏ, 3 ਵਜੇ ਅਲਾਰਮ ਵੱਜਿਆ ਅਤੇ ਅਲਾਰਮ ਵੱਜਣ ਦੇ ਨਾਲ ਫਿਰ ਉੱਠਿਆ, ਅਤੇ ਫਿਰ ਮੈਂ ਐਤਵਾਰ ਦਾ ਦਿਨ ਹੀ ਸੂਨੀ ਸਾਹਿਬ ਦਾ ਪਾਠ ਕੀਤਾ ਮੈਂ ਮਿੰਟੋ ਮਿੰਟ ਸ਼ੁਰੂ, ਮੈਂ ਲੇਟ ਨਾ ਜਾ ਕੇ ਅਤੇ ਹਜ਼ੂਰ ਡਿੱਗ ਪਿਆ ਮੇਰਾ, ਵਾਹਿਗੁਰੂ ਵਾਹਿਗੁਰੂ। ਅਤੇ ਪਹੁੰਚ ਗਿਆ ਘਰੇ ਗਾਈਸ, ਅਤੇ ਮਿਲਦੇ ਹਾਂ ਤੁਹਾਨੂੰ, ਗੁਰਦਾ ਲਕੀਰ ਸਾਹਿਬ ਵੀ ਸਾਂਝਾ ਪਾਉਂਦੇ ਹਾਂ, ਹੌਲੀ ਹੌਲੀ ਜਾਂਦੇ ਹਾਂ, ਦੁਪਹਿਰੇ 'ਚ ਜਾਵਾਂਗੇ। ਓਕੇ ਡਨ, ਮਿਲਦੇ ਹਾਂ। ਹਾਂਜੀ ਖਾਲਸਾ ਜੀ, ਹੁਣੇ ਉੱਠਿਆ ਜੇ, ਤੁਹਾਨੂੰ ਦੱਸਣ ਜਾ ਨਾ ਕਿ ਸਰੀਰ ਸਹੀ ਨਹੀਂ ਸੀ ਅਤੇ ਸੌਂ ਗਿਆ ਹਾਂ, ਅਤੇ ਹੁਣੇ ਉੱਠਿਆ ਅਤੇ ਜਾਇਆ ਨਹੀਂ ਗਿਆ ਗੁਰਦੁਆਰਾ ਲਕੀਰ ਸਾਹਿਬ, ਗੁਰੂ ਘਰ ਜਾਇਆ ਨਹੀਂ ਗਿਆ ਦਰਸ਼ਨ ਕਰਨ। ਕੋਈ ਨਾ, ਨੈਕਸਟ ਵਲੋਗ ਦੇ ਵਿੱਚ ਮਿਲਦੇ ਹਾਂ ਆਪਾਂ, ਨੈਕਸਟ ਵਲੋਗ ਦੇ ਵਿੱਚ ਸਾਂਝਾ ਪਾਵਾਂਗੇ। ਫਿਲਹਾਲ ਹੁਣ ਦੀ ਛੁੱਟੀ ਦਿਓ, ਸਮਾਪਤੀ ਕਰੀਏ ਵਲੋਗ ਦੀ, ਬਲਜਿੰਦਰ ਆ ਕੇ ਬੈਠਾ ਕਰਨਾ, ਗੱਲਾਂ ਪਤਾ ਡਏ ਹਾਂ ਕਰਨਾ, ਅਤੇ ਮਿਲਦੇ ਹਾਂ ਨੈਕਸਟ ਵਲੋਗ ਦੇ ਵਿੱਚ। ਚੈਨਲ ਸਬਸਕ੍ਰਾਈਬ ਕਰ ਲਿਓ, ਅਜੀਤ ਗੱਜਕੋਟ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।